सतनाम श्री वाहे गुरु साहेब जी सोही महला चौथा कर दूजा एक ओंकार सतगुरु प्रसाद ਗੁਰਮਤਿ ਨਗਰੀ ਕੋ ਜਖੋ ਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਥ ਬਸਾਈ ਕ੍ਰਿਸ਼ਨਾ ਅਗਨ ਬੁਝੀ ਖਿਨ ਅੰਤਰ ਗੁਰ ਮਿਲੀਏ ਸਭ ਭੁਖ ਗਵਾਈ ගොරුමතනගරී කෝජකෝජයි හරහර නාම්පධාරථ පයි මේරෑ මන්න හරහර සාතවසයි ත්‍රිෂ්ණ අගන බුද්ජිකෙන් අන්තර ගුරමිල්ගේ සබපු කගවයි ਹਰ ਗੁਣ गावा ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਜੜੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਢੁੰਡਾਈ ਸਤ ਸੰਗਤ ਮਿਲ ਹਰ ਰਸ ਪਾਈ ਧੁਰ ਮਸਤਕ ਲੇਖ ਲਿਖੇ ਹਰ ਪਾਈ ගුරනානක තුට්ටාමෙල්ලේහරපායි තුර් මස්තක ලේකලිකේ හරපායි ගුරනානක තුට්ටාමෙල්ලේහරපායි වාහෙගුරුජි කගල්සා වාහෙගුරුජී කිපතේ. ਸੋਹੀ ਮਹੱਲਾ ਚੌਥਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਏ ਭਾਈ ਗੁਰੂ ਦੀ ਮਤ ਲੈ ਕੇ ਮੈਂ ਆਪਣਾਏ ਸਰੀਰ ਨਗਰ ਦੀ ਚੰਗੀ ਤਰ੍ਹਾਂ ਕੋਸ਼ਿਸ਼ ਕੀਤੀ ਹੈ ਅਤੇ ਸਰੀਰ ਦੇ ਵਿੱਚੋਂ ਹੀ ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ਏ ਭਾਈ ਗੁਰੂ ਨੇ ਮੈਨੂੰ ਹਰ ਨਾਮ ਦੀ ਦਾਤ ਦੇ ਕੇ ਮੇਰੇ ਮਨ ਵਿੱਚ ਠੰਡ ਪਾ ਦਿੱਤੀ ਹੈ ਮੇਰੇ ਅੰਦਰੋਂ ਇੱਕ ਛਿਨ ਵਿੱਚ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ। ਗੁਰੂ ਦੇ ਮਿਲਨ ਨਾਲ ਮੇਰੀ ਸਾਰੀ ਮਾਇਆ ਦੀ ਭੁੱਖ ਦੂਰ ਹੋ ਗਈ ਹੈ। ਰਹਾਉ। हे ਮੇਰੀ ਮਾਂ ਹੁਣ ਜਿਉਂ-ਜਿਉਂ ਮੈਂ ਪਰਮਾਤਮਾ ਦੇ ਗੁਣ ਗਾਉਂਦਾ ਹਾਂ ਮੈਨੂੰ ਆਤਮਿਕ ਜੀਵਨ ਮਿਲ ਰਿਹਾ ਹੈ। ਦਇਆ ਦੇ ਘਰ ਸਤਿਗੁਰ ਨੇ ਮੇਰੇ ਹਿਰਦੇ ਵਿੱਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ। ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ। ਹੇ ਭਾਈ ਹੁਣ ਮੈਂ ਪਿਆਰੇ ਹਰ ਪ੍ਰਭੂ ਦੀ ਭਾਲ ਕਰਦਾ ਹਾਂ ਸੰਤ ਸੰਗੀਆਂ ਪਾਸੋਂ ਭਾਲ ਕਰਾਂਦਾ ਹਾਂ ਸਾਧ ਸੰਗਤ ਵਿੱਚ ਮਿਲ ਕੇ ਮੈਂ ਪ੍ਰਮਾਤਮਾ ਦੇ ਨਾਮ ਦਾ ਸਵਾਦ ਮਾਣਦਾ ਹਾਂ ਹੇ ਭਾਈ ਧੁਰਦਰਗਾ ਤੋਂ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਮਿਲਾਪ ਦਾ ਲੇਖ ਆ ਲੇਖ ਉਂਗੜਦਾ ਹੈ ਉਸ ਉੱਤੇ ਗੁਰੂ ਨਾਨਕ ਪਰਸੰਨ ਹੁੰਦਾ ਹੈ ਤੇ ਉਸ ਨੂੰ ਪ੍ਰਮਾਤਮਾ ਮਿਲ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ